ਵਾ ਜਿਹੜਾ ਸਾਡਾ ਓ ਬੀ ਸੀ ਸੈੱਲ ਹੈ ਉਹਦੇ ਸਾਡੇ ਗਣੀ ਤੇਲੀ ਸਾਹਿਬ ਪ੍ਰਧਾਨ ਉਹਨੇ ਇੱਥੇ ਅੱਜ ਕਨਵੈਨਸ਼ਨ ਰੱਖੀ ਔਰ ਇਹਦੇ 'ਚ ਜਿਹੜੇ ਵਿਜੇਪੁਰ ਏਰੀਏ ਦੇ ਜਿੰਨੇ ਵੀ ਸਾਡੇ ਸਾਥੀ ਨੇ ਓ ਬੀ ਸੀ ਦੇ ਪਿਛੋਂ ਆਏ ਔਰ ਅੱਜ ਬੜੇ ਲੋਕੇ ਜੁਆਇਨ ਕੀਤਾ ਜਿਹਨੇ ਜੁਆਇਨ ਕੀਤਾ ਔਰ ਦੂਆ ਜਿਹੜੇ ਲੋਕੇ ਓ ਬੀ ਸੀ ਦੀਆਂ ਖਾਸ ਕਰ ਮੁਸ਼ਕਲਾਤਾਂ ਜਿਹੜੀਆਂ ਉਹ ਸਰਕਾਰ ਅੱਗੇ ਕਿ ਨਹੀਂ ਜਾਣਦੀ ਹੈ ਸਰਕਾਰ ਦੀ ਨਾਲੇ 'ਚ ਨੇ ਔਰ ਅਸੀਂ ਇੱਕ ਬੜਾ ਭਰੋਸਾ ਕਰਦੇ ਹਾਂ ਕਿ ਉਮਰ ਅਬਦੁੱਲਾ ਸਾਹਿਬ ਦੀ ਕਿਆਦਤ 'ਚ ਜਿੰਨਾ ਵੀ ਸਮਾਜ ਦਾ ਜਿਹੜਾ ਵੀ ਤਬਕਾ ਹੈ ਸਾਰੇ ਤਬਕੇ ਹੀ ਇਹ ਸਰਕਾਰ ਕਰਨ ਲਈ ਚੱਲ ਉਹ ਜਿਹੜੀਆਂ ਉਹਦੀਆਂ ਮੁਸ਼ਕਲਾਤਾਂ ਨੇ ਕਿਆ ਓ ਬੀ ਸੀ ਕਿਆ ਐੱਸ ਟੀ ਕਿਆ ਐੱਸ ਸੀ ਇਹਦੇ ਸਾਰੇ ਹੀ ਉਹ ਇੰਨੀਆਂ ਮੁਸ਼ਕਲਾਤਾਂ ਹੱਲ ਕਰਨ ਦੀ ਕੋਸ਼ਿਸ਼ ਕਰਨਗੇ ਸੋਚਿਆ ਨਹੀਂ ਜਾਏਗਾ ਹਮਾਰੀ ਕਮਿਟਮੈਂਟ ਹੈ ਕਿ ਹਮ ਡੇਲੀ ਵੇਜਸ ਕੋ ਪੱਕਾ ਕਰੇਂਗੇ ਡੇਲੀ ਵੇਜਸ ਕੇ ਸਿਲਸਿਲੇ ਮੇਂ ਹਮਾਰੇ ਮੈਨੀਫੈਸਟੋ ਕੋ ਆਪ ਪੜ੍ਹੇਂਗੇ ਤਾਂ ਹਮਨੇ ਵਹਾਂ ਮੈਂਸ਼ਨ ਕੀਆ ਹੈ ਕਿ ਫੇਜ਼ਡ ਮੈਨਰ ਮੇਂ ਹਮ ਇਨਕੋ ਪੱਕਾ ਕਰੇਂਗੇ ਔਰ ਮੁਝੇ ਭਰੋਸਾ ਹੈ ਉਮਰ ਸਾਹਿਬ ਕੀ ਲੀਡਰਸ਼ਿਪ ਪਰ ਔਰ ਉਮਰ ਸਾਹਿਬ ਕੀ ਜੋ ਸ਼ਖਸੀਅਤ ਹੈ ਕਿਉਂਕਿ ਉਹ ਬੜੇ ਤਜਰਬਾਕਾਰ ਚੀਫ ਮਿਨਿਸਟਰ ਹੈ 6 ਸਾਲ ਆਗੇ ਚੀਫ ਮਿਨਿਸਟਰ ਰਹੇ ਹੈ ਦਿੱਲੀ ਮੇਂ ਉਹ ਯੂਨੀਅਨ ਮਿਨਿਸਟਰ ਰਹੇ ਹੈ ਔਰ ਮੈਂਬਰ ਪਾਰਲੀਮੈਂਟ ਵੀ ਰਹੇ ਹੈ ਮੁਝੇ ਭਰੋਸਾ ਹੈ ਕਿ ਉਮਰ ਅਬਦੁੱਲਾ ਸਾਹਿਬ ਜੋ ਮੈਨੀਫੈਸਟੋ ਮੇਂ ਹਮਨੇ ਡੇਲੀ ਵੇਜਸ ਕੇ ਲਈ ਕਮਿਟਮੈਂਟ ਕੀ ਹੈ ਉਸਕੋ ਜ਼ਰੂਰ ਪੂਰਾ ਕਰੇਂਗੇ ਕਿਆ ਲੱਗ ਉਸੀ ਬਹਾਲ ਕਰਾਂਗੇ ਅਸੀਂ ਆਪਣਾ ਕੰਮ ਕਰ ਉੜਿਆ ਅਸੈਂਬਲੀ 'ਚ ਬਿੱਲ ਪਾਸ ਕਰਾਈ ਉੜਿਆ ਔਰ ਅਸੈਂਬਲੀ ਦੇ ਬਿੱਲ ਕੀ ਪਾਸ ਕਰਨ ਦੇ ਬਾਅਦ ਉਹ ਚੀਜ਼ ਦੱਸਦਾ ਹੈ ਕਿ ਲੋਕਾਂ ਦੀ ਭਾਵਨਾ ਕੀ ਹੈ ਦਿੱਲੀ ਸਰਕਾਰ ਨੇ ਵੀ ਲੋਕਾਂ ਦੀ ਭਾਵਨਾ ਦੀ ਕਦਰ ਕਰਨੀ ਚਾਹੀਦੀ ਇੱਜ਼ਤ ਕਰਨੀ ਚਾਹੀਦੀ ਪ੍ਰੈਸ ਕੋਈ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਮਕਸਦ ਹੈ ਲੋਕਾਂ ਦੀ ਬੱਚਿਆਂ ਦੀ ਰੋਜ਼ਗਾਰ ਦਾ ਮਕਸਦ ਹੈ ਲੋਕਾਂ ਦੀ ਬੱਚਿਆਂ ਦੀ ਜ਼ਮੀਨਾਂ ਦਾ ਔਰ ਮਕਸਦ ਇਹ ਹੈ ਕਿ ਅਮਨ ਸ਼ਾਂਤੀ ਆਨੰਦ ਦਾ ਦੂਈ ਗੱਲ ਇਹ ਹੈ ਜਿਹੜਾ ਤੁਸੀਂ ਆਖਦੇ ਹੋ ਸਟੇਟ ਵਾਲਾ ਸਟੇਟ ਹੁੱਡ ਪਹਿਲਾ ਕੰਮ ਜਿਹੜਾ ਇਸ ਕੈਬਨਿਟ ਨੇ ਕੀਤਾ ਹੈ ਉਹ ਸਟੇਟ ਹੁੱਡ ਦਾ ਆਪਣਾ ਰੈਜ਼ੋਲਿਊਸ਼ਨ ਜਿਹੜਾ ਹੈ ਉਹ ਪਾਇਆ ਹੈ ਔਰ ਉਹ ਰੈਜ਼ੋਲਿਊਸ਼ਨ ਲਈਏ ਜਨਾਬੇ ਉਮਰ ਅਬਦੁੱਲਾ ਸਾਹਿਬ